ਜੋ ਤੁਸੀਂ ਇਹ ਵਿਸ਼ਾਲ ਬੋਰਡ ਦੇਖ ਰਹੇ ਹੋ ਨਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਵੀ ਪਹਿਲਾਂ ਦਾ ਵਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਵੀ ਇਸ ਸਥਾਨ ਤੇ ਆਏ ਸੀ ਇਸ ਵਕਤ ਮੈਂ ਆਗਰਾ ਦੇ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਵਿਖੇ ਆ ਮਤਲਬ ਗੁਰੂ ਸਾਹਿਬ ਵੀ ਇਸ ਥਾਂ ਤੇ ਆਏ ਸੀਗੇ ਤੇ ਗੁਰੂ ਸਾਹਿਬ ਨੇ ਜਿਹੜਾ ਜਲ ਛਕਿਆ ਸੀਗਾ ਉਹ ਖੂਹ ਤੋਂ ਛਕਿਆ ਸੀਗਾ ਉਹ ਪੁਰਾਣਾ ਖੂਹ ਵੀ ਹੈ ਉਵੇਂ ਹੀ ਆ ਜਿਹੜੀ ਜਾਂਚ ਕਰਤਾ ਟੀਮ ਹੁੰਦੀ ਆ ਮਤਲਬ ਕਹਿ ਸਕਦੇ ਵਿਭਾਗ ਦੀ ਜੋ ਵੀ ਪ੍ਰਾਤਨਤਾ ਦੇਖਦੀ ਹੈ ਕਿਸੇ ਚੀਜ਼ ਦੀ ਉਹਨਾਂ ਨੇ ਵੀ ਸੱਦ ਕੀਤਾ ਸੀ ਵੀ ਇਹ 6-700 ਸਾਲ ਪੁਰਾਣਾ ਬੋੜ ਆ ਵਿਸ਼ਾਲੇ ਦਾ ਕਹਿ ਸਕਦੇ ਆਕਾਰ ਆ ਪਹਿਲਾਂ ਤਾਂ ਹੋਰ ਵੀ ਬਹੁਤ ਵੱਡਾ ਹੁੰਦਾ ਸੀ ਫਿਲਹਾਲ ਹੁਣ ਇੰਨਾ ਵਾ ਆ ਤੁਸੀਂ ਦੇਖ ਸਕਦੇ ਹੋ ਮਤਲਬ ਗੁਰੂ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਧਰਤੀ ਆ ਇਸ ਤੋਂ ਪਹਿਲਾਂ ਦੱਸਿਆ ਜਾਂਦਾ ਵੀ ਗੁਰਨਾਨਕ ਸਾਹਿਬ ਵੀ ਆਏ ਨੇ ਛੇਵੇਂ ਪਾਤਸ਼ਾਹੀ ਦਾ ਵੀ ਜ਼ਿਕਰ ਮਿਲਦਾ ਵਾ ਗੁਰੂ ਤੇਗ ਬਹਾਦਰ ਸਾਹਿਬ ਤਾਂ ਖੈਰ ਆਏ ਆਏ ਸੀਗੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਰੀ ਵੇਰ ਕੁਰਬਾਨੀ ਦੇਣ ਤੋਂ ਪਹਿਲਾਂ ਸ਼ਹੀਦੀ ਦੇਣ ਤੋਂ ਪਹਿਲਾਂ ਆਖਰੀ ਵੀਰ ਜਿਹੜਾ ਪੜਾ ਕੀਤਾ ਸੀ ਉਹ ਆਗਰੇਚ ਕੀਤਾ ਸੀਗਾ ਇਧਰ ਮਗਰਲੇ ਪਾਸੇ ਜਮਨਾ ਉਹ ਕਹਿ ਸਕਦੇ ਜਨਾਂ ਦੀ ਵਗਦੀ ਸੀ ਕਿ ਕਿਸੇ ਸਮੇਂ ਨਾਲ ਹੁੰਦੀ ਸੀ ਹੁਣ ਸਮਾਂ ਪਾ ਕੇ ਥੋੜੀ ਦੂਰ ਹੋ ਗਈ ਕਿਉਂਕਿ ਤਰਿਆ ਹਮੇਸ਼ਾ ਆਪਦਾ ਵਹਿਣ ਬਦਲ ਲੈਂਦੇ ਹੁੰਦੇ ਆ ਇਧਰਲੇ ਪਾਸੇ ਆ ਜੂਗਾ ਦਰੱਖ ਤੁਸੀਂ ਦੇਖ ਰਹੇ ਹੋ ਪੁਰਾਣਾ ਬੋਰਡ ਤੇ ਬੋਰਡ ਤਾਂ ਇਹ ਫਿਰ ਬੋਰਡ ਹੀ ਹੁੰਦੇ ਆ ਹਨ ਤੁਹਾਨੂੰ ਪਤਾ ਹੀ ਆ ਵੀ ਵਿਸ਼ਾਲਤਾ ਤੇ ਉਮਰਾਂ ਬਹੁਤ ਲੰਮੀਆਂ ਹੁੰਦੀਆਂ ਵਾ ਪਤਾ ਨਹੀਂ ਕਿੰਨੇ ਬਜ਼ੁਰਗਾਂ ਦੀਆਂ ਉਮਰਾਂ ਇਹਨਾਂ ਨੇ ਵੇਖੀਆਂ ਹੁੰਦੀਆਂ ਨੇ ਤੇ ਇਧਰਲੇ ਪਾਸੇ ਉਹ ਪਵਿੱਤਰ ਖੂਹ ਆ ਜਿੱਥੋਂ ਗੁਰੂ ਸਾਹਿਬ ਜੀ ਨੇ ਜਲਸ਼ਾ ਕਿਆ ਸੀਗਾ ਇੱਥੇ ਇੱਕ ਹਸਨ ਅਲੀ ਨਾਮ ਦਾ ਰਹਿੰਦਾ ਸੀਗਾ ਆ ਇੱਕ ਐਸਾ ਆ ਜਿਹੜੀ ਕਹਿ ਸਕਦੇ ਆ ਉਹ ਰਹਿੰਦਾ ਸੀ ਤੇ ਉਹਨੇ ਸੋਚਿਆ ਕਿਉਂਕਿ ਉਸ ਵੇਲੇ ਇੱਕ ਗੱਲ ਸ਼ਾਸਨ ਸੀ ਜਿਹੜਾ ਉਸ ਸਮੇਂ ਮੁਗਲ ਸੀ ਉਹਨਾਂ ਨੇ ਇੱਕ ਆਖਿਆ ਸੀਗਾ ਔਰੰਗਜ਼ੇ ਵੇਲੇ ਵੀ ਜਿਹੜਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਵਾਊਗਾ ਉਹਨੂੰ 500 ਮੋਹਰਾਂ ਇਨਾਮ ਦਿੱਤਾ ਜਾਊਗਾ ਤਾਂ ਹਸਨ ਅਲੀ ਸੋਚਦਾ ਸੀ ਕਿ ਜੇ ਕਿਤੇ 500 ਮੋਹਰਾਂ ਮੈਨੂੰ ਮਿਲ ਜਾਣ ਤਾਂ ਮੇਰੀ ਗਰੀਬੀ ਦੂਰ ਹੋ ਜੇ ਮਤਲਬ ਵੀ ਵਾਰ-ਵਾਰ ਅਦਾਸ ਕਰ ਰਿਆ ਸੀ ਬਿਗਰੂਤੇਗ ਬਹਾਦਰ ਸਾਹਿਬ ਮੇਰੇ ਰਾਹੀ ਗ੍ਰਿਫਤਾਰ ਹੋ ਜਾਣ ਤਾਂ ਸ਼ਾਇਦ ਕੋਈ ਵਿਧੀ ਬਣੀ ਤਾਂ ਗਰੂਤੇਗ ਬਹਾਦਰ ਸਾਹਿਬ ਇੱਥੇ ਆ ਗਏ ਆ ਕੇ ਉਹਨਾਂ ਨੇ ਜਲ ਸ਼ਕ ਮੰਗਿਆ ਤਾਂ ਹਸਨ ਅਲੀ ਕਹਿੰਦਾ ਵੀ ਜਲ ਤਾਂ ਇੱਥੋਂ ਦਾ ਖਾਰਾ ਵਾ ਪੀਣ ਯੋਗ ਨਹੀਂ ਕਹਿੰਦੇ ਵੀ ਖਾਰਾ ਹੋਊਗਾ ਪਹਿਲਾਂ ਹੁਣ ਨਹੀਂ ਖਾਰਾ ਹੋਣਾ ਤਾਂ ਫਿਰ ਜਲ ਸ਼ਕਿਆ ਇਸ ਖੂਹ ਤੋਂ ਜਿੰਨਾ ਵੀ ਤੁਸੀਂ ਦੇਖੋਗੇ ਨਾ ਇਸ ਗੁਰਦੁਆਰਾ ਸਾਹਿਬ ਦੀ ਜੋ ਬਾਉਂਡਰੀ ਆ ਅੰਦਰ ਅੰਦਰ ਚਾਰ ਦੁਆਰੇ ਦੇ ਅੰਦਰ ਅੰਦਰ ਜਿੰਨਾ ਵੀ ਪਾਣੀ ਆ ਕਿਤੇ ਵੀ ਬੋਰ ਕਰ ਲਓ ਪਾਣੀ ਮਿੱਠਾ ਇਹਦੇ ਸਾਹਮਣੇ ਚਲੇ ਜਾਓ ਇਧਰ ਸਿਕੰਦਰ ਵਾਲੇ ਪਾਸੇ ਚਲੇ ਜਾਓ ਪਾਣੀ ਖਾਰਾ ਮਤਲਬ ਇਹ ਕੁਦਰਤ ਦੀ ਇੱਕ ਵਿਧੀ ਆ ਆਜੋ ਇਧਰਲੇ ਪਾਸੇ ਆ ਖੂਹ ਆ ਥੋੜੇ ਉੱਚਾ ਕਰਤਾ ਸੀਗਾ ਤੇ ਆਜੋ ਇਧਰਲੇ ਪਾਸੇ ਚੱਲ ਗਏ ਕੁੱਪੇ ਬਰੇ ਆਜੋ ਆ ਪੁਰਾਣਾ ਖੂਹ ਆ ਜਿਹਦੇ ਨਿਸ਼ਾਨੀਆਂ ਹੋ ਜੇ ਹੁਮ ਹੂਬ ਹੂ ਉਸੇ ਤਰੀਕੇ ਦੇ ਨਾਲ ਹੀ ਸਾਮ ਕੇ ਰੱਖ ਲਿਆ ਗਿਆ ਉੱਤੇ ਇਹ ਜੰਗਲਾ ਬਣਤਾ ਵਾ ਤੇ ਉੱਤੇ ਆਹ ਆ ਪਾਤਾ ਮਤਲਬ ਕਾਰਨ ਇਹਦਾ ਕੀ ਸੀਗਾ ਕਿ ਕੋਈ ਮਿਸ ਹੈਪਨਿੰਗ ਨਾ ਹੋ ਜੇ ਕੋਈ ਵਿੱਚ ਡੱਕ ਨਾ ਪਵੇ ਹਨਾ ਤਾਂ ਇਹਦੇ ਨਾਲ ਕੀ ਇੱਕ ਸਫਾਈ ਵੀ ਬਣੀ ਰਹਿੰਦੀ ਆ ਇਹ ਖੂਹ ਆ ਉਸੇ ਜ਼ਮਾਨੇ ਦਾ ਹੀ ਦਾ ਤਾਂ ਖਰ ਨਵਾਂ ਲੱਗ ਗਿਆ ਬਾਤ ਮਤਲਬ ਇੱਥੋਂ ਗੁਰੂ ਸਾਹਿਬ ਜੀ ਨੇ ਜਲਛਕਿਆ ਸੀ ਤਿੰਨ ਖੂਹਾਂ ਦਾ ਜ਼ਿਕਰ ਮਿਲਦਾ ਇੱਕ ਖੂਤਾ ਇਹ ਆ ਕੁਲਦੀਪਰੇ ਦੂਜੇ ਖੂਹ ਕਿੱਥੇ ਨੇ ਪਤਾ ਕੁਛ ਉਹਦੇ ਬਾਰੇ ਪਿਛਲੇ ਪਾਸੇ ਪਿਛਲੇ ਪਾਸੇ ਆਗੇ ਹਾਂ ਪਿਛਲੇ ਪਾਸੇ ਆਗੇ ਤੇ ਗੁਰਦੁਆਰਾ ਸਾਹਿਬ ਉਹ ਸਾਹਮਣੇ ਰਹਿ ਗਿਆ ਇਸ ਤੋਂ ਬਾਅਦ ਚੱਲਾਂਗੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆ ਕੇ ਬੈਠੇ ਸੀਗੇ ਉਸ ਥਾਂ ਤੇ ਵੀ ਚੱਲਾਂਗੇ ਆਪਾਂ ਇੱਥੇ 12 ਦਰੀ ਬਣੀ ਹੋਈ ਹੈ ਜਿਹੜੀ ਅਕਬਰ ਬਾਦਸ਼ਾਹ ਦੇ ਵੇਲੇ ਬਣੀ ਸੀ ਉਹਦੇ ਥੱਲੇ ਭੋਰਾ ਆ ਉਹ ਉਹ ਅਸਲ 'ਚ ਉਹ ਸਰਦਖਾਨਾ ਸੀਗਾ ਸਤਕਾਰ ਉਹ ਜੋ ਆਪਾਂ ਨੂੰ ਭੋਰਾ ਸਾਹਿਬ ਆਖਦੇ ਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 9 ਦਿਨ ਉਸ ਭੋਰੇ 'ਚ ਵੀ ਰੱਖਿਆ ਗਿਆ ਸੀ ਉਧਰ ਵੀ ਚਲਦੇ ਆ ਜੂ ਤਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਇਹ ਥਾਂ ਆ ਗਿਆ ਉੱਤੇ ਪਾਸੇ 12 ਦਰੀ ਹੁੰਦੀ ਸੀ ਹਜੇ ਵੀ ਉਹ ਮੇ ਹੂਹੂ ਸਾਮ ਕੇ ਰੱਖੀ ਹੋਈ ਆ ਥੱਲੇ ਭੋਰਾ ਸਾਹਿਬ ਆ ਗਿਆ ਸੁਨਮੇ ਦਾ ਮੁੱਖ ਸੇਵਾਦਾਰ ਬਾਬਾ ਪ੍ਰੀਤਮ ਸਿੰਘ ਜੀ ਨੇ ਇੱਥੇ ਤੇ ਬਾਬਾ ਜਥੇਦਾਰ ਅਮਰੀਕ ਸਿੰਘ ਜੀ ਭਾਈ ਕੇਵਲ ਸਿੰਘ ਜੀ ਇਹਨਾਂ ਨੇ ਆਪਾਂ ਨੂੰ ਬਹੁਤ ਬੜਾ ਸਾਧ ਦਿੱਤਾ ਤੇ ਵੀਰਾ ਕੁਲਦੀਪ ਰਸੂਲਪੁਰ ਡਾਂਗੀਆਂ ਤੋਂ ਹੋਰ ਵੀ ਚੜਦੀ ਕਲਾ ਤੇ ਬੜਾ ਸਾਧਤਾ ਲੰਗਰ ਦਾ ਪੂਰਾ ਪ੍ਰਬੰਧ ਦਾ ਕਮਰੇ ਬਹੁਤ ਨੇ ਤੁਸੀਂ ਆਉਗੇ ਤੁਹਾਨੂੰ ਵਧੀਆ ਏਸੀ ਵਾਲੇ ਕਮਰੇ ਵੀ ਇੱਥੇ ਮਿਲ ਜਾਣਗੇ ਤੇ ਇਹ ਇਧਰਲੇ ਪਾਸੇ ਲੰਗਰ ਹਾਲ ਆ ਗਿਆ ਹੁਣ ਆਪਾਂ ਉਸ ਸਥਾਨ ਵੱਲ ਚੱਲਦੇ ਆ ਜੇ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆ ਕੇ ਬੈਠੇ ਸੀ ਉਧਰਲੇ ਪਾਸੇ ਦਰਸ਼ਕੋ ਇਹ ਹੈ ਕਿ ਮਨਜੀਤ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆ ਕੇ ਬੈਠੇ ਸੀ ਉਸੇ ਤਰੀਕੇ ਨਾਲ ਹੂ ਬੂ ਥੜਾ ਉਵੇਂ ਹੀ ਸ਼ਾਮ ਕੇ ਰੱਖਿਆ ਹੋਇਆ ਬੰਦਰਲੇ ਪਾਸੇ ਜਿਵੇਂ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋਗੇ ਤੇ ਪ੍ਰਕਾਸ਼ ਹੋਇਆ ਆਪ ਗੁਰੂ ਸਾਹਿਬ ਦਾ ਹਨਾ ਤਾਂ ਇੱਥੇ ਮਤਲਬ ਗੁਰੂ ਸਾਹਿਬ ਪਹਿਲੀ ਵਾਰ ਆ ਕੇ ਇੱਥੇ ਬੈਠੇ ਸੀਗੇ ਤੇ ਜਿੱਥੇ ਹਸਨ ਅਲੀ ਆਇਆ ਸੀਗਾ ਕੋਈ ਗੁਰੂ ਸਾਹਿਬ ਦੇ ਨਾਲ ਜੋ ਸਿੰਘ ਵੀ ਆਪ ਕਹਿ ਸਕਦੇ ਆ ਕਿ ਸਿੱਖ ਵੀ ਸੀ ਉਸ ਸਮੇਂ ਹਸਨ ਅਲੀ ਦੇ ਨਾਲ ਇੱਥੇ ਮੁਲਾਕਾਤ ਹੋਈ ਸੀ ਤਾਂ ਇੱਥੋਂ ਹੀ ਪਾਣੀ ਮੰਗਿਆ ਸੀਗਾ ਤੇ ਉੱਥੋਂ ਪਾਣੀ ਜਿੱਧਰ ਮੈਂ ਪਹਿਲਾਂ ਖੁਦ ਖਾ ਕੇ ਲੈ ਕੇ ਆਇਆ ਉੱਥੋਂ ਪਾਣੀ ਲੈਂਦਾ ਸੀਗਾ ਆ ਗੁਰੂ ਸਾਹਿਬ ਨੇ ਆਖਿਆ ਵੀ ਕੁਝ ਖਾਣ ਪੀਣ ਨੂੰ ਤਾਂ ਲਿਆਓ ਪ੍ਰਬੰਧ ਕਰੋ ਹਨਾ ਤਾਂ ਉਹ ਕਹਿੰਦੇ ਵੀ ਮੇਰੇ ਕੋਲ ਤਾਂ ਕੁਝ ਨਹੀਂ ਮੈਂ ਤਾਂ ਗਰੀਬ ਬੰਦਾ ਵਾਂ ਤਾਂ ਗੁਰੂ ਸਾਹਿਬ ਨੇ ਕਹਿੰਦੇ ਵੀ ਕੀਮਤੀ ਮੁੰਦਰੀ ਦਿੱਤੀ ਤੇ ਕੁਝ ਇੱਕ ਦਸ਼ਾਲਾ ਦਿੱਤਾ ਤੇ ਫਿਰ ਉਹ ਹਸਨ ali ਸ਼ਹਿਰ ਦੇ ਵਿੱਚ ਗਿਆ ਹਰ ਦੁਕਾਨ ਤੇ ਗਿਆ ਉੱਥੇ ਜਾ ਕੇ ਮਠਿਆਈ ਦੀ ਮੰਗ ਕੀਤੀ ਕੀਮਤੀ ਦਸ਼ਾਲਾ ਤੇ ਮੁੰਦਰੀ ਦੇਖ ਕੇ ਹਲਵਾਈ ਕਹਿੰਦਾ ਵੀ ਇਹ ਤਾਂ ਗਰੀਬ ਜਿਹਾ ਬੰਦਾ ਇਹਦੇ ਕੋਲੇ ਨੇ ਕੀਮਤੀ ਜੇ ਵਰਕ ਤਾਂ ਕਹਿ ਸਕਦੇ ਆ ਕਿ ਮੁੰਦਰੀ ਕਿੱਥੋਂ ਆ ਗਈ ਇਹਦੇ ਕੋਲੇ ਇਹ ਸੁਣ ਕੇ ਹਰਾਨ ਹੋ ਗਿਆ ਆ ਪਈ ਉਹ ਕਿੰਨੇ ਵੀ ਉਹਨੇ ਇਤਲਾਹ ਕਰਤੀ ਕੋਤਵਾਲੀ ਹਲਵਾਈ ਨੇ ਫਿਰ ਜਦੋਂ ਜਾਂਚ ਵੀ ਪਤਾ ਲੱਗਿਆ ਵੀ ਇਹ ਤਾਂ ਉਹ ਸ਼ਖਸ਼ਾ ਜਿਹਦੇ ਤੇ ਇਨਾਮ ਰੱਖਿਆ ਹੋਇਆ ਵਾ ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਉਹ ਕੋ ਫੌਜ ਆਈ ਗੁਰੂ ਤੇਗ ਬਹਾਦਰ ਸਾਹਿਬ ਇਹਨੂੰ ਗ੍ਰਿਫਤਾਰ ਕਰ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਵੀ ਮੇਰੀ ਗ੍ਰਿਫਤਾਰੀ ਆ हसन ਅਲੀ ਦੁਆਰਾ ਹੋਈ ਆ ਇਸ ਕਰਕੇ ਦਾ ਬਣਦਾ ਨਾਮ ਦਿਓ ਇਸ ਤਰੀਕੇ ਦੇ ਨਾਲ हसन ਅਲੀ ਦੀ ਗਰੀਬੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਰ ਕਰਤੀ ਸੀਗੀ ਉਸ ਤੋਂ ਬਾਅਦ ਫਿਰ 9 ਦਿਨ ਅੰਦਰ ਉਹ ਉੱਥੇ ਭੂਰਾ ਸਾਹਿਬ ਉਹ ਵੀ ਇੱਥੇ ਵੀ ਲੈ ਕੇ ਚੱਲਾਂਗੇ ਉੱਥੇ ਫਿਰ ਗੁਜ਼ਾਰੇ ਸੀਗੇ 9 ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਰਦਖੰਡ ਨਾ ਜਿਹਨੂੰ ਹੁਣ ਭੂਰਾ ਸਾਹਿਬ ਆਖਦੇ ਆ ਉੱਥੇ ਮਤਲਬ ਕਹਿ ਸਕਦੇ ਆ ਕਿ ਕੈਦ ਰੱਖਿਆ ਸੀਗਾ ਤੇ ਅੰਦਰਲੇ ਪਾਸੇ ਇੱਥੇ ਉਸੇ ਤਰ੍ਹਾਂ ਦੇ ਜ਼ਮਾਨੇ ਦਾ ਹੀ ਥੜਾ ਬਰਸਾ ਬਣਿਆ ਹੋਇਆ ਵਾ ਜਿਹਨੂੰ ਮੰਜੀ ਸਾਹਿਬ ਆਪਾਂ ਆਖਦੇ ਆ ਦਰਸ਼ਕੋ ਇਹ ਸਰਦਖੰਡ ਨਾ ਸੀ ਹੁਣ ਭੂਰਾ ਸਾਹਿਬ ਦੀ ਆਖਿਆ ਜਾਂਦਾ ਵਾ ਜਿਹੜਾ ਕਿ ਗੁਰੂ ਸਾਹਿਬ ਜੀ ਨੂੰ 9 ਦਿਨ ਕੈਦ ਇੱਥੇ ਰੱਖਿਆ ਗਿਆ ਸੀ ਇਸ ਭੂਰਾ ਸਾਹਿਬ ਦੇ ਵਿੱਚ ਸਾਹਮਣੇ ਗੁਰਸਾਹ ਦਾ ਪ੍ਰਕਾਸ਼ ਵੀ ਹੈਗਾ ਆ ਦੇਖ ਸਕਦੇ ਹਾਂ ਇਧਰ ਆ ਪ੍ਰਾਣੀ ਹੀ ਇਮਾਰਤਾ ਉਹ ਖੂਬ ਉਸੇ ਤਰੀਕੇ ਦੇ ਨਾਲ ਹੀ ਇਸ ਨੂੰ ਰੱਖਿਆ ਗਿਆ ਵਾ ਇਹ ਅਕਬਰ ਦੇ ਜ਼ਮਾਨੇ ਚ ਬਣੀ ਹੋਈ ਸੀ ਉਸ ਸਮੇਂ ਸਰਦਖਾਨਾ ਸੀ ਪਰ ਇਸ ਸਮੇਂ ਹੁਣ ਆਪ ਸਤਕਾਰ ਦੇ ਨਾਲ ਪੂਰਾ ਸਾਹਿਬ ਆਖਦੇ ਆ ਮਤਲਬ 9 ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਦੇ ਉੱਤੇ ਰਹੇ ਸੀ ਤਾਂ ਤੁਸੀਂ ਦੇਖ ਰਹੇ ਹੋ ਵੀ ਪੱਥਰਾਂ ਦੀ ਬਣੀ ਹੋਈ ਇਮਾਰਤਾ ਤਾ ਪੁਰਾਣੇ ਜ਼ਮਾਨੇ ਦੀ ਹੋ ਹੋ ਉਸੇ ਤਰੀਕੇ ਨਾਲ ਰੱਖੀ ਹੋਈ ਆ ਇੱਥੋਂ ਦੇ ਸੇਵਾਦਾਰਾਂ ਨੇ ਇਹਨੂੰ ਬਹੁਤ ਚੰਗੇ ਤਰੀਕੇ ਸੰਭਾਲਿਆ ਹੋਇਆ ਵਾ ਜਿਨ੍ਹਾਂ ਚ ਅ ਮੋਨੀ ਬਾਬਾ ਜੀ ਦਾ ਜ਼ਿਕਰ ਮਿਲਦਾ ਬਾਬਾ ਪ੍ਰੀਤਮ ਸਿੰਘ ਜੀ ਦਾ ਜਥੇਦਾਰ ਅਮਰੀਕ ਸਿੰਘ ਜੀ ਤਾਂ ਬਹੁਤ ਮਤਲਬ ਸਤਕਾਰਤਨਾ ਨੇ ਜਿਨ੍ਹਾਂ ਨੇ ਜੀ ਨੂੰ ਹੂਬੂ-ਹੂ ਸਾਮਕੇ ਰੱਖਿਆ ਹੈ ਬਹੁਤ ਵੱਡੀ ਗੱਲ ਸੀ ਆ ਪ੍ਰਾਣੀ ਹੀ ਉਸੇ ਤਰੀਕੇ ਦੇ ਡਿਜ਼ਾਈਨ ਨੇ ਸਲੇਟਾਂ ਵੀ ਇਹਦੀਆਂ ਪ੍ਰਾਣੀਆਂ ਹੀ ਨੇ ਤਾਂ ਇਹਦੇ ਵਿੱਚ ਉਤਲੇ ਪਾਸੇ ਆਪਾਂ ਬਾਰਾਂ ਦਰੀ ਵਾਲੇ ਪਾਸੇ ਚੱਲਾਂਗੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਲੇ ਦੀ ਬਾਰਾਂ ਦਰੀ ਵੀ ਉੱਤੇ ਬਣੀ ਹੋਈ ਆ ਤੇ ਉੱਥੇ ਵੀ ਪ੍ਰਕਾਸ਼ ਆ ਦਰਸ਼ਕੋ ਗੁਰਦੁਆਰਾ ਗੁਰੂ ਕਾ ਤਾਲ ਸਾਹਿਬਾ ਉੱਤੇ ਬਾਰਾਂ ਦਰੀ ਬਣੀ ਹੋਈ ਆ ਹਨਾ ਤੇ ਇਹ ਸਾਰੀ ਪ੍ਰਾਣੀ ਹੀ ਉਸੇ ਸਮੇਂ ਦੀ ਆ ਹੁਣ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਚੁੱਕਿਆ ਵਾ ਇੱਥੇ ਇਹ ਸਾਰੀ ਇਮਾਰਤ ਨੂੰ ਹੂਬੂ-ਹੂ ਅੰਦਰੋਂ ਸਾਂਭਿਆ ਹੋਇਆ ਵਾ ਬਾਹਰਲੇ ਪਾਸੇ ਸੰਗਮਰਮਨ ਨਜ਼ਰ ਆਊਗਾ ਪਰ ਅੰਦਰਲੇ ਪਾਸਿਓ ਉੱਤੋਂ ਦੀ ਇੱਕ ਗਲਾਫ ਦੀ ਤਰ੍ਹਾਂ ਮਤਲਬ ਉਹਨੂੰ ਪ੍ਰੋਟੈਕਟ ਕੀਤਾ ਗਿਆ ਵਾ ਸਾਂਭ ਕੇ ਰੱਖਿਆ ਗਿਆ ਵਾ ਕੁਝ ਪੁਰਾਣੀਆਂ ਨਿਸ਼ਾਨੀਆਂ ਤੁਹਾਨੂੰ ਮੈਂ ਦਿਖਾ ਦਿਆਂ ਇੱਥੇ ਅਸਲ ਦੇ ਵਿੱਚ ਨਾ ਪਹਿਲਾਂ ਰਾਜੇ ਮਹਾਰਾਜੇ ਬੈਠ ਕੇ ਆਨੰਦ ਲੈਂਦੇ ਸੀ ਠੰਡੀ ਹਵਾ ਦਾ ਕਿਉਂਕਿ ਜਮਨਾ ਨਾਲ ਵਹਿੰਦੀ ਸੀ ਆ ਦੇਖੋ ਆ ਕੁਝ ਨਿਸ਼ਾਨ ਦਿਸ ਰਹੇ ਉਹਨਾਂ ਦੇ ਪੁਰਾਣੇ ਇਹ ਪੁਰਾਣੇ ਹੀ ਨੇ ਆ ਦੇਖ ਸਕਦੇ ਹੋ ਤੁਸੀਂ ਇਹ ਪੁਰਾਣੇ ਹੀ ਪਿੱਲਰ ਨੇ ਜੋ ਲਾਲ ਰੰਗ ਦੇ ਵਿੱਚ ਹਨਾ ਔਰੰਗਾਬਾਦ ਤੋਂ ਮਗਾ ਕੇ ਪੱਥਰ ਤੇ ਹਿਉ ਉਹ ਉਸੇ ਤਰੀਕੇ ਦੇ ਨਾਲ ਹੀ ਸਾਂਭਿਆ ਗਿਆ ਵਾ ਤੇ ਆਪਾਂ ਇਧਰੋਂ ਬਾਅਦ ਚਾਪ ਲੰਗਰ ਹਾਲ ਵਾਲੇ ਪਾਸੇ ਵੀ ਆਪਾਂ ਅੰਦਰ ਚੱਲਦੇ ਆਂ ਅੰਦਰ ਜਿਹੜੀ 12 ਦਰੀ ਪਿੱਲਰ ਆ ਉਹ ਸਾਰੇ ਉਸੇ ਜ਼ਮਾਨੇ ਦੇ ਪੁਰਾਣੇ ਹੂਬ ਹੂ ਸਾਮ ਕੇ ਰੱਖੇ ਗਏ ਆ ਇਹਦੇ ਥੱਲੇ ਹੀ ਭੋਰਾ ਸਾਹਿਬਾ ਜਿਹੜਾ ਕਿ ਤੁਹਾਨੂੰ ਮੈਂ ਪਹਿਲਾਂ ਦਿਖਾ ਚੁੱਕੇ ਹਾਂ ਤਸ਼ਕ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਹਰ ਵਕਤ 24 ਘੰਟੇ ਇੱਥੇ ਲੰਗਰ ਚੱਲਦਾ ਹੀ ਰਹਿੰਦਾ ਵਾ ਗੁਪਮੀਰ ਦੇਖਣ ਉਦੇ ਜਾਓ ਮਤਲਬ ਇੱਥੇ ਸੰਗਤ ਦੇ ਫਯੂਰ ਸਾਹਿਬ ਨੂੰ ਜਾਣ ਵਾਲੇ ਸੰਗਤ ਇੱਥੇ ਆਮ ਤੌਰ ਤੇ ਆਉਂਦੀ ਆ ਇਹਨਾਂ ਦੀਆਂ ਮੱਝਾਂ ਵੀ ਮਤਲਬ ਦੁੱਧ ਵੀ ਆਪਦਾ ਹੀ ਹੁੰਦਾ ਵਾ ਸਾਰਾ ਪ੍ਰਬੰਧ ਬਹੁਤ ਵੱਡੇ ਲੈਵਲ ਤੇ ਮਤਲਬ ਸੰਗਤ ਜਦੋਂ ਵੀ ਹਰ ਸਾਹਿਬ ਜਾਣਾ ਜਾਂ ਪਟਨਾ ਸਾਹਿਬ ਜਾਣਾ ਤਾਂ ਇੱਥੇ ਅਕਸਰ ਪੜਾ ਸੰਗਤ ਕਰਦੀ ਆ ਕਿ ਵੀਰੇ ਆਜੋ ਦਿਖਾਉਂਦੇ ਜਾਓ ਨਾਲ ਦੀ ਨਾਲ ਤਾਂ ਆਪਾਂ ਅੱਗੇ ਵੀ ਚੱਲਦੇ ਆ ਦਿਖਾਵੇਂ ਸਫਾਈ ਬਹੁਤ ਜ਼ਿਆਦਾ ਜਿਹੜੀ ਕਿ ਗੁਰੂ ਘਰਾਂ ਦੇ ਵਿੱਚ ਆਮ ਹੁੰਦੀ ਆ ਇਥੋਂ ਦੇਖ ਸਕਦੇ ਹੋ ਤੁਸੀਂ ਇਧਰ ਸਬਜ਼ੀ ਦਾ ਪ੍ਰਬੰਧ ਹੋਈ ਜਾਂਦਾ ਵਾ ਸਬਜ਼ੀ ਕੱਟ ਰਹੇ ਆ ਸਫਾਈ ਬਹੁਤ ਜ਼ਿਆਦਾ ਇਹ ਵੱਡੀ ਗੱਲ ਆ ਗੁਰੂ ਘਰਾਂ ਚ ਦਾ ਸਾਰਿਆਂ ਚ ਸਫਾਈ ਬਹੁਤ ਜ਼ਿਆਦਾ ਹੁੰਦੀ ਆ ਹੈਨਾ ਤਾਂ ਇੱਥੇ ਆਪਾਂ ਆਏ ਆ ਤਾਂ ਇੱਥੇ ਦੇਖ ਰਹੇ ਆ ਜਿਹੜਾ ਸ਼ਖਸ਼ਾਤੋਂ ਤਾਂ ਹੈ ਹੀ ਹੈ ਆ ਜਾਓ ਉਧਰਲੇ ਪਾਸੇ ਤੇ ਇਹ ਜਿੱਥੇ ਲੰਗਰ ਲੰਗਰ ਤਿਆਰ ਹੁੰਦਾ ਵਾ ਸਾਰਾ ਦੇਖੋ ਸਾਫ ਉਦਰਾ ਬੱਬਾ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਤੇ ਇਹ ਤਾਂ ਵੱਡੇ ਵੱਡੇ ਦੇ ਕੇ ਕੀ ਬਣਾਇਆ ਦਾਲ ਦਾਲ ਦੇਖਿਆ ਦਾਲ ਚੌਲ ਕੜੀ ਆਮ ਚੱਲਦੀ ਆ ਗੁਰਸਾਹ ਦੀ ਬਰਕਤ ਆ ਨਾ 24 ਘੰਟੇ ਪਰੋਂਦੇ ਇੱਥੇ ਚੱਲਦਾ ਵਾ ਹੋਣ ਜੱਥੇਦਾਰ ਅਮਰੀਕ ਸਿੰਘ ਜੀ ਹੋਣਾ ਕੋਲ ਚੱਲਦੇ ਜਿੱਥੇ ਗੁਰਮਤਿ ਦਾ ਸੰਗੀਤ ਵਿਦਿਆਲਾ ਕਹਿ ਸਕਦੇ ਆ ਗੁਰਮਤਿ ਦੀ ਸਿੱਖਿਆ ਦਿੱਤੀ ਜਾਂਦੀ ਆ ਬੱਚੇ ਪੜਨ ਆਉਂਦੇ ਨੇ ਗੁਰਮਤਿ ਨੂੰ ਪੜਾਇਆ ਜਾਂਦਾ ਵਾ ਸੰਖਿਆ ਕਰਾਈ ਜਾਂਦੀ ਆ ਅੱਜ ਉੱਧਰ ਚੱਲਦੇ ਆ ਆਪਣੇ ਨਾਲ ਜੱਥੇਦਾਰ ਭਾਈ ਅਮਰੀਕ ਸਿੰਘ ਜੀ ਨੇ ਗੁਰੂ ਕਾ ਤਲ ਗੁਰਦੁਆਰਾ ਸਾਹਿਬ ਵਿਖੇ ਆਗਰਾ ਬੱਬਾ ਜੀ ਸਾਸਤ੍ਰੀ ਆਕਾ ਜੀ ਚੜਦੀ ਕਲਾ ਜੀ ਤੇ ਮੈਂ ਦੇਖਿਆ ਵੀ ਪ੍ਰਬੰਧ ਬਹੁਤ ਤਕੜਾ ਜੀ ਤੇ ਇੱਕ ਸਾਨੂੰ ਤੁਹਾਨੂੰ ਇਤਿਹਾਸ ਦੱਸ ਦਿਆਂ ਮੈਂ ਸੰਖੇਪ ਤੰਕੀ ਆਪਣੀ ਸੰਗਤ ਨੂੰ ਪਤਾ ਲੱਗ ਸਕੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਗਰਾ ਸ਼ਹਿਰ ਬੰਦੇਲਖੰਡ ਦਾ ਇੱਕ ਵਸਿਆ ਜਮਨਾ ਕੰਡੇ ਸ਼ਹਿਰ ਹੈ ਇਸ ਧਰਤੀ ਤੇ ਸਤਿਗੁਰੂ ਚਾਰ ਪਾਤਸ਼ਾਹੀਆਂ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਤੇ ਗੁਰੂ ਹਰਗੋਬਿੰਦ ਸੱਚੇ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦੋ ਵਾਰ ਇਸ ਧਰਤੀ ਤੇ ਆਏ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਧਰਤੀ ਤੇ ਆਏ ਇਹ ਧਰਤੀ ਨੂੰ ਚਾਰ ਪਾਸ਼ਾੀਆਂ ਦੀ ਚਰਨਸ਼ੋਕ ਪ੍ਰਾਪਤ ਹੈ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤਿਲਕ ਜੰਝੂ ਰਾਖਾ ਪਰਵਤਾ ਕਾ ਕੀਨੋ ਵੱਡੋ ਕਲਹੂ ਮੈ ਸਾਖਾ ਤਿਲਕ ਤੇ ਜਨੇਊ ਦੀ ਰੱਖਿਆ ਦੇ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਸਥਾਨ ਤੋਂ ਆਪਣੀ ਗਿਰਪਤਾਰੀ ਦਿੱਤੀ ਤੇ ਇਹ ਪਾਵਨ ਸਥਾਨ ਸ੍ਰੀ ਗੁਰੂ ਤੇਗ ਦੋਹਾਦਰ ਸਾਹਿਬ ਮਹਾਰਾਜ ਚਰਨਸ਼ੋਕ ਪ੍ਰਾਪਤ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਹੈ ਇਥੇ ਗੁਰਤੇਬਹਾਦਰ ਸੱਚੇ ਪਾਤਸ਼ਾਹ ਜੀ ਮਜਲੂਮਾਂ ਦੀ ਪੁਕਾਰ ਸੁਣ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਕਿ ਭਾਈ ਇਹਨਾਂ ਦਾ ਸ਼ਰਮ ਜਿਹੜਾ ਕਰਨ ਨਾ ਕੀਤਾ ਜਾਵੇ ਇਹਨਾਂ ਦਾ ਤਿਲਕ ਤੇ ਜਨੇਊ ਨਾ ਕਰਿਆ ਜਾਵੇ ਜੇ ਇਸਲਾਮ ਕਰਨ ਵਾਲੀ ਫਸਲਾਮ ਵਿਚ ਲੈ ਆਉਣ ਵਾਲੀ ਗੱਲ ਹੈ ਗੁਰਤੇਬਹਾਦਰ ਮਹਾਰਾਜ ਕਹਿਆ ਵੀ ਕਿ ਅਸੀਂ ਇਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਅਸੀਂ ਆਪਣੀ ਗ੍ਰਿਫਤਾਰੀ ਦਵਾਂਗੇ ਤੇ ਸਤਿਗੁਰੂ ਤੇ ਬਹਾਦਰ ਮਹਾਰਾ ਜਮਾਸੇ ਤੋਂ ਬਾਅਦ ਅਸੀਂ ਆਪਣੀ ਗ੍ਰਿਫਤਾਰੀ ਦੇ ਦੇਵਾਂਗੇ ਜੀ ਤੇ ਜਿਹੜੀ ਸਰਕਾਰ ਸੀ ਉਹਨੂੰ ਇਹ ਹੋ ਗਿਆ ਵੀ ਚਮਾਸਾ ਨਿਕਲ ਗਿਆ ਪਾਵਰ ਸਾਤਾ ਦਾ ਸਮਾਂ ਨਿਕਲ ਗਿਆ ਤੇ ਗੁਰੂ ਸਤਿਗੁਰੂ ਮਹਾਰਾ ਕਿਤੇ ਛੁੱਪ ਗਏ ਨੇ ਕਿਤੇ ਨਜ਼ਰ ਨਹੀਂ ਆਉਂਦੇ ਸੂਚਨਾ ਉਹਨਾਂ ਦੀ ਖਬਰ ਪਤਾ ਨਹੀਂ ਲੱਗ ਰਹੀ ਤੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਏ ਨੂੰ ਦੱਸ ਪਾਏਗਾ ਸੂਚਨਾ ਦੇਗਾ ਉਹਨੂੰ 500 ਮੋਰ ਇਨਾਮ ਦਿੱਤੀ ਜਾਏਗੀ ਸੋ ਇਹ ਇਥੇ ਆਗਰੇ ਸ਼ਹਿਰ ਵਿੱਚ ਵੀ ਇਹ ਬੁਨਿਆਦੀ ਹੋਈ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੋ ਦੱਸ ਪਾਏਗਾ ਖਬਰ ਦੇਗਾ ਉਹਨੂੰ 500 ਮੋਰ ਇਨਾਮ ਦਿੱਤੀ ਜਾਏਗੀ ਸਤਿਗੁਰੂ ਸਚੇ ਪਾਤਸ਼ਾ ਜੋ ਇਥੇ ਇੱਕ ਗਰੀਬ ਖਖਰੇਟਾ ਪਿੰਡ ਦਾ ਬੱਕਰੀਆਂ ਚਾਰਨ ਵਾਲਾ ਸੀ ਉਹਦਾ ਨਾਮ ਹਸਨ ਅਲੀ ਇਤਿਹਾਸ ਵਿੱਚ ਲਿਖਿਆ ਹੈ ਜਦੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਪੰਜਾਂ ਸਿੱਖਾਂ ਦੇ ਸਨੇਹ ਆ ਕੇ ਜਦੋਂ ਮੰਜੀ ਸਾਹਿਬ ਵਾਲੇ ਸਾਧਨ ਦੇ ਸਤਿਗੁਰ ਮਾਰਾ ਨੇ ਇਥੇ ਆ ਕੇ ਪੜਾ ਲਾਇਆ ਤੇ ਉਸ ਯਾਲੀ ਨੂੰ ਬੁਲਾ ਕੇ ਕਹਿਣ ਲੱਗੇ ਤੂੰ ਉਸ ਦੇਸ਼ ਇਸ ਇਲਾਕੇ ਦਾ ਇਸ ਸ਼ਹਿਰ ਦਾ ਪੇਤੀ ਹੈ ਸਾਡੇ ਸ਼ਕਨ ਸਕਾਉਣ ਵਾਸਤੇ ਕੋਈ ਵਸਤੂ ਲੈ ਕੇ ਆਓ ਤੇ ਸਤਿਗੁਰੂ ਮਾਰ ਨੇ ਆਪਣੀ ਅਥੋਂ ਮੁੰਦਰੀ ਉਤਾਰ ਕੇ ਦਿੱਤੀ ਗਈ ਇਹਦੇ ਏਵਜ ਦੇ ਵਿੱਚ ਇਹਨੂੰ ਕਹਿਣੇ ਰੱਖ ਕੇ ਸਾਡੇ ਵਾਸਤੇ ਉਹ ਸ਼ਕਨ ਨੂੰ ਲੈ ਕੇ ਆਓ ਤੇ ਦੁਸਾਲਾ ਮਾਰ ਰਹੇ ਨੇ ਦਿੱਤਾ ਕਿ ਇਹਦੇ ਵਿੱਚ ਪਵਾ ਕੇ ਲੈ ਆਉਣਾ ਜੇ ਦੋਵੇਂ ਵਸਤੂਆਂ ਲੈ ਕੇ ਉਹ ਯਾਲੀ ਇੱਥੇ ਹਲਵਾਈ ਕੀ ਗੀਚੀ ਗਿਆ ਤਾਂ ਉਥੇ ਜਦੋਂ ਦੋ ਵਸਤੂਆਂ ਉਹਨੂੰ ਹਲਵਾਈ ਨੂੰ ਦੇ ਕੇ ਅੱਖਾਂ ਲਗਾਵੇ ਮੁੰਦਰੀ ਦੀ ਇਹ ਜਿਹੜੀ ਜਿਤਨੀ ਮਠਿਆਈ ਆਉਂਦੀ ਆ ਇਸ ਦਸਾਲੇ ਵਿੱਚ ਪਾ ਦੋ ਦੋ ਵਸਤੂਆਂ ਦੇ ਕੇ ਉਹਨੂੰ ਸ਼ੱਕ ਹੋ ਗਿਆ ਕਿ ਵਸਤੂਆਂ ਬੜੀ ਕੀਮਤੀ ਨੇ ਇਹ ਐਸਾ ਨਾ ਹੋਵੇ ਕਿਸੇ ਬਾਦਸ਼ਾਹ ਦੀਆਂ ਸਰਕਾਰੀ ਖਜ਼ਾਨੇ ਨੇ ਕੋਈ ਚੋਰਾ ਕੇ ਲੈ ਕੇ ਆਇਆ ਹੋਵੇ ਉਹਨੇ ਸੂਚਨਾ कोतਵਾਲੀ ਜਾ ਕੇ ਦੇ ਦਿੱਤੀ ਤੇ ਉਥੋਂ ਸਿਪਾਹੀ ਆਏ ਉਹਨਾਂ ਨੇ ਸਿਪਾਹੀਆਂ ਨੇ ਉਹਨਾਂ ਨੂੰ ਨਾਲ ਲਿਆ ਵੀ ਇਹ ਤੁਸੀਂ ਕਿਸ ਦੀਆਂ ਵਸਤੂਆਂ ਨੇ ਕਿੱਥੋਂ ਚੋਰਾ ਕੇ ਲਿਆਓ ਕਹਲੇ ਵਸਤੂ ਦਾ ਮਾਲਕ ਮੈਂ ਨਹੀਂ ਇਹ ਬਸੂ ਦੇ ਮਾਲਕ ਬਸ਼ੈਰ ਤੋਂ ਬਾਹਰ ਜਿਹੜੀ ਬਾਸ਼ਾਏ ਬਗੀਚੀ ਆ ਉਹਦੇ ਵਿੱਚ ਕੋਈ ਸਾਧੂ ਮਹਾਤਮਾ ਹਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਸੇਵਕ ਹਨ ਤੇ ਉੱਥੇ ਜਿੱਤੇ ਗੁਰੂ ਸਾਧਗੁਰੂ ਮਰਮਜੀ ਸਾਹਿਬ ਬੈਠੇ ਸਲਫੜੇ ਉੱਤੇ ਉੱਥੇ ਲੈ ਆਇਆ ਕਿ ਇਹ ਬਸੂਆਂ ਦੇ ਮਾਲਕ ਨੇ ਮੈਂ ਚੋਰ ਨਹੀਂ ਹਾਂ ਤਾਂ ਪੁੱਛਣ ਲੱਗੇ ਸਖਨੂ ਕਿ ਕੌਣ ਨੇ ਤਾਂ ਕਿ ਇਹ ਗੁਰੂ ਤੇਗ ਬਹਾਦਰ ਪਾਸ਼ਾ ਨਵੇਂ ਪਾਸ਼ਾ ਜੀ ਹਨ ਤੇ ਇਹ ਤਿਲਕ ਦੇ ਜੰਜੂ ਦੇ ਰਾਖੀ ਦੇ ਲਈ ਉਹਨਾਂ ਨੇ ਗਿਰਪਤਾਰੀ ਦੇਣੀ ਹੈ ਪਰ ਸਾਡੀ ਜਿਹੜੀ ਦੱਸ ਗੁਰੂ ਮਹਾਰਾਜ ਦੀ ਪਾਈ ਹੈ ਉਹ ਇਸ ਇਆਲੀ ਨੇ ਦਿੱਤੀ ਹੈ ਇਹ ਜਿਹੜਾ ਸਾਡੀ ਗ੍ਰਿਫਤਾਰੀ ਦਾ ਸਾਡੀ ਸੂਚਨਾ ਦਾ ਇਨਾਮ ਉਹਨੂੰ ਦਿੱਤਾ ਜਾਵੇ ਤੇ ਇਹ ਕੌਤਕ ਮਾਰਾ ਸੱਚੇ ਪਾਸ਼ਾ ਨੇ ਇੱਥੇ ਵਰਤਾਇਆ ਤੇ ਮਾਰੇ ਤੇ ਗ੍ਰਿਫਤਾਰੀ ਹੋਈ ਮਾਰੇ ਨੂੰ ਅੰਦਰ ਕੋਤਵਾਲੀ ਲਿਜਾਇਆ ਗਿਆ ਫਿਰ ਮਾਰਾ ਸੱਚੇ ਪਾਸ਼ਾ ਜਿਤੇ ਅੱਜ ਕੱਲ ਸਤਕਾਰ ਨਾਲ ਭੋਰਾ ਸਾਹਿਬ ਕਹਿੰਦੇ ਆ ਇਹ ਸਰਦਖਾਨਾ ਸੀ ਜਿਹਦੇ ਅੱਜ ਵੀ ਆਪਾਂ ਅੰਦਰ ਜਾ ਕੇ ਦਰਸ਼ਨ ਕਰੀਏ ਤੇ ਉਹਦੇ ਵਿੱਚ ਹਵਾ ਤੇ ਰੋਸ਼ਨੀ ਆਉਣ ਵਾਸਤੇ ਰਾਹ ਨੇ ਜਿਥੇ ਮਾਰਾ ਦਾ ਪ੍ਰਕਾਸ਼ ਹੈ ਉਹ ਦੇਖਦਿਆਂ ਸਾਰੀ ਮਨ ਤਸਲ ਗਦਗਦ ਹੋ ਜਾਂਦਾ ਹੈ ਕਿ ਵਾਸਤੇ ਵਿੱਚ ਇਹ ਪ੍ਰਾਤਨ ਚੀਜ਼ ਹੈ ਤੇ ਮਾਰੂ ਉਥੇ ਨਜ਼ਰਬੰਦ ਰੱਖਿਆ ਗਿਆ ਜੋ ਸਰਦਖਾਨੇ ਗਰਮੀਆਂ ਵਿੱਚ ਠੰਡਾ ਰਹਿੰਦਾ ਹੈ ਤੇ ਠੰਡਾਂ ਦੇ ਵਿੱਚ ਉਹ ਗਰਮ ਰਹਿੰਦਾ ਹੈ ਅੱਜ ਵੀ ਉਥੋਂ ਦੀ ਤਸਵੀਰ ਹੈ ਤੇ ਸਤਿਗੁਰੂ ਮਾਰੂ ਦੇ 9 ਦਿਨ ਨਜ਼ਰਬੰਦ ਰੱਖਿਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੇ ਦੇ ਨਿਤੇ ਰਹੇ ਦਿੱਲੀ ਤੋਂ ਭਾਰੀ ਫੋਰਸ ਬਲਾਅ ਕਰਕੇ ਤੇ ਖਤਮ ਮਾਰੂ ਨੇ ਤੁਲੇ ਕਿਉਂਕਿ ਇਹ ਇਹਨਾਂ ਨੂੰ ਖਦਰਸਾ ਸੀ ਡਰ ਸੀ ਕਿ ਗੁਰੂ ਹਰਗੋਬਿੰਦ ਮਹਾਰਾਜ ਦੇ ਸਹਬਜ਼ਾਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਐਸਾ ਨਾ ਹੋਵੇ ਕਿਉਂਕਿ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ 52 ਰਾਜਿਆਂ ਨੂੰ ਜੋ ਗਵਾਲੀਅਰ ਦੇ ਕਿਲੇ ਵਿੱਚ ਨਾਜ਼ਰਬੰਦ ਸੀ ਉਹਨਾਂ ਨੂੰ ਮਹਾਰਾਜ ਨੇ ਦਾਤਾਬੰਦੀ ਛੋੜ ਭਾਵ ਉਹਨਾਂ ਨੂੰ ਛੁਡਾਇਆ ਸੀ ਇਸ ਕਰਕੇ ਗੁਰੂ ਮਹਾਰਾਜ ਦਾ ਨਾਮ ਵੀ ਦਾਤਾਬੰਦੀ ਛੋੜ ਤਾਂ ਪਿਆ ਸੀ ਤੇ ਉਹਨਾਂ 52 ਰਾਜੇ ਉਸ ਇਲਾਕੇ ਦੇ ਕੋਈ ਰਾਜਸਥਾਨ ਦੇ ਇਧਰ ਦੇ ਰਾਜੇ ਸਨ ਉਹਨਾਂ ਨੂੰ ਇਹ ਸੀ ਜਿਨ੍ਹਾਂ ਨੂੰ ਪਤਾ ਲੱਗਿਆ ਸੂਚਨਾ ਮਿਲ ਗਈ ਕਿ ਗੁਰੂ ਤੇਗ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਹੋ ਨਾ ਉਹ ਬਗਾਵਤ ਨਾ ਕਰ ਦੇਣ ਕਿ ਇਹਨਾਂ ਨੂੰ ਛਡਾ ਨਾ ਲੈਣ ਇਸ ਡਰ ਦੇ ਮਾਰਿਆਂ ਦਿੱਲੀ ਤੋਂ ਭਾਰੀ ਫੋਰਸ ਬੁਲਾ ਕੇ ਤਾਂ ਮਾਰੂ ਨੇ ਤੋ ਲੈ ਆਏ ਕਿ ਉਹ ਸਮਾਂ ਇਤਿਹਾਸ ਵਿੱਚ ਲਿਖਿਆ ਵੀ 9 ਦਿਨ ਲੱਗੇ ਤੇ 9 ਦਿਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਪੋਰਾ ਸ਼ਾਹ ਵਾਲੀ ਜਗ੍ਹਾ ਤੇ ਨਾਜ਼ਰਬੰਦ ਰੱਖਿਆ ਗਿਆ ਇਸ ਸਥਾਨ ਤੇ ਅਸੀਂ ਦੇਖਿਆ ਹੈ ਕਿ ਪਹਿਲਾਂ ਲੋਹੇ ਦੇ ਗੇਟ ਲੱਗੇ ਹੁੰਦੇ ਸੀ ਜਿਵੇਂ ਜੇਲ੍ਹ ਵਿੱਚ ਲੱਗੇ ਹੁੰਦੇ ਨੇ ਤੇ ਉਹ ਜਦੋਂ ਸੇਵਾ 1971 ਦੇ ਵਿੱਚ ਸ੍ਰੀ ਮਨਸਾਤ ਬਾਬਾ ਸਾਧੂ ਸਿੰਘ ਜੀ ਬੋਹਣੀ ਬਾਬਾ ਨਰਨ ਸਿੰਘ ਜੀ ਸਾਧਵ ਪ੍ਰੀਤਮ ਸਿੰਘ ਜੀ ਇਹਨਾਂ ਜਦੋਂ ਇਸ ਜਥੇ ਨੇ ਆਕੇ ਤੇ ਸੇਵਾ ਪਰੰਭ ਕੀਤੀ ਤਾਂ ਉਹ ਸਮੇਂ ਇਹਨਾਂ ਗੇਟਾ ਨੂੰ ਤਾਰ ਕੇ ਇਸ ਦਾ ਵਿਸਤਾਰ ਇਸ ਦੀ ਆਸਾਨੀ ਦਿਖ ਬਦਲ ਦਿੱਤੀ ਜੋ ਬੜੀ ਘਾਲਣਾ ਕਰਕੇ ਸੇਵਾ ਕੀਤੀ ਹੈ ਮਹਾਂਪੁਰਖਾਂ ਨੇ ਤੇ ਉਦੋਂ ਤੋਂ ਫਿਰ ਇੱਥੇ ਸੰਗਤਾਂ ਬੜਾ ਆਵਾਜਾਈ ਬਹੁਤ ਹੋ ਗਈ ਤੇ ਸਮਾਹਪੁਰਖਾਂ ਨੇ ਬੜਾ ਹੀ ਮਿਹਨਤ ਕਰਕੇ ਨਿਰੰਤਰ ਪਹਿਲਾਂ ਤਾਂ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ ਤੇ ਆਏ ਗਏ ਯਾਤਰਾਂ ਦੇ ਵਾਸਤੇ ਸਹੂਲਤਾਂ ਦੀ ਦਾ ਪ੍ਰਬੰਧ ਕੀਤਾ ਤੇ ਸਤਿਗੁਰੂ ਮਹਾਰਾਜ ਦੀ ਰਹਿਮ ਦਾ ਸਦਕਾ ਬਾਬਾ ਜੀ ਉਹਨਾਂ ਨੇ ਬਹੁਤ ਹੀ ਕਾਲਣਾ ਕਾਲੀ ਐਸਾ ਸਥਾਨ ਤੇ ਅਜੋ 35 ਏਕੜ ਜ਼ਮੀਨ ਹੈ ਗੁਰਦੁਆਰਾ ਸਾਹਿਬ ਦਾ 800 ਮੀਟਰ ਦਾ ਫਰੰਟ ਹੈ ਤੇ ਇਸ ਧਰਤੀ ਤੇ ਜਿਹੜਾ ਉਹ ਤਿੰਨ ਖੂਹ ਹਨ ਜੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਿਆਲੀ ਨੂੰ ਆਖੇ ਵੀ ਜਲ ਛਕਣਾ ਹੈ ਜਲ ਵਰਤਣਾ ਹੈ ਤੇ ਉਹ ਆਖਣ ਲੱਗੇ ਇਸ ਧਰਤੀ ਦਾ ਜਲ ਮਹਾਂਪੁਰਖੋ ਖਾਰਾ ਹੈ ਤਾ ਸਤਿਗੁਰੂ ਗੁਰਤੇ ਬਾਦਨ ਮਹਾਰਾਜ ਜੀ ਕਹਿਣ ਲੱਗੇ ਭਾਈ ਖਾਰਾ ਨਹੀਂ ਹਜ਼ਾਰਾ ਹੈ ਹਜ਼ਾਰਾ ਮੀਨਿੰਗ ਹੁੰਦਾ ਮਿੱਠਾ ਤਾਂ ਜਦੋਂ ਜਲ ਲੈ ਗਿਆ ਉਹ ਜਲ ਜਿਹੜਾ ਅਸੀਂ ਮਿੱਠਾ ਹੋ ਗਿਆ ਸੀ ਤੇ ਉਹ ਅੱਜ ਵੀ ਕੌਤਕ ਵਰਸ ਰਿਹਾ ਹੈ ਮਹਾਰਾਜ ਦੀ ਤੇ ਸਫਾਵਨ ਸਰਸੀ ਤੇ ਅੱਜ ਵੀ ਜਿੱਥੇ ਵੀ ਅਸੀਂ ਸਮਰਸੀ ਵਾਲ ਕਰਾਉਂਦੇ ਹਾਂ ਹਰ ਸਮਰਸੀ ਵਾਲ ਟਿਊਬਲ ਦਾ ਜਿਹੜਾ ਪਾਣੀ ਹੈ ਉਹ ਮਿੱਠਾ ਨਿਕਲਦਾ ਹੈ ਖਾਰਾ ਨਹੀਂ ਹੈ ਅੱਜ ਵੀ ਸਤਿਗੁਰੂ ਮਹਾਰਾਜ ਦੀ ਰਹਿਮਤ ਬਖਸ਼ਿਸ਼ ਵਰਤ ਰਹੀ ਹੈ ਇਸ ਆਸਾਨ ਦੀ ਸੇਵਾ ਜੋ ਹੈ ਪੋ ਜੀ ਰਿਮਾਨ ਸੰਤ ਬਾਬਾ ਸਾਧੂ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਪ੍ਰੀਤਮ ਸਿੰਘ ਜੀ ਤੇ ਮਹਾਂਪੁਰਖਾਂ ਦੇ ਸੇਵਕ ਸਨ ਇਹਨਾਂ ਆ ਕੇ ਇੱਥੇ 1971 ਦੇ ਵਿੱਚ ਸੇਵਾ ਆਰੰਭ ਕੀਤੀ ਦਿਨ ਦੁਗਣੀ ਰਾਤ ਚੌਗਣੀ ਗੁਰੂ ਤੇ ਬਹਾਦਰ ਮਹਾਰਾਜ ਬਖਸ਼ਰ ਦੇ ਸਦਕਾ ਇੱਥੇ ਇਹ ਵਿਸਤਾਰ ਹੋ ਰਿਹਾ ਹੈ ਸਰਾਵਾਂ ਹੀ ਬਣ ਰਹੀਆਂ ਨੇ ਏਸੀ ਸਰਾਵਾਂ ਬਣ ਰਹੀਆਂ ਨੇ ਇੱਕ 65 ਕਵਰ ਦੀ ਹੋਰ ਏਸੀ ਸਰਾਵ ਬਣ ਰਹੀ ਹੈ ਦਰਸ਼ੀ ਜੋੜੀ ਦੀ ਸੇਵਾ ਚੱਲ ਰਹੀ ਹੈ ਸੋ ਬੜੀ ਹੀ ਮਹਾਰਾ ਦੀ ਕਿਰਪਾ ਹੈ ਸੰਗਤਾਂ ਦੀ ਆਵਾਜ਼ ਆਈ ਬਹੁਤ ਆ ਬਹੁਤ ਟੂਰਿਸਟ ਵੀ ਆਉਂਦਾ ਸੰਗਤਾਂ ਬਹੁਤ ਜੰਨੀਆਂ ਪਟਨਾ ਸਾਹਿਬ ਤੇ ਹਜੂਰ ਸਾਹਿਬ ਜਾਂਦੀਆਂ ਨੇ ਸਾਰੀਆਂ ਸੰਗਤਾਂ ਦਾ ਆਵਣ ਜਾਣ ਦਾ ਪੜਾ ਇੱਥੋਂ ਹੈ ਜਿੰਨੇ ਵੀ ਖਾਲਸਾ ਪੰਦੇ ਨੇ ਨੰਗ ਸਿੰਘ ਦਾਲਾ ਨੇ ਸਾਰਿਆਂ ਦਾ ਪੜਾ ਇੱਥੇ ਹੀ ਹੁੰਦਾ ਇੱਥੋਂ ਅੱਗੇ ਹਜੂਰ ਸਾਹਿਬ ਪਟਨਾ ਸਾਹਿਬ ਜਾਂਦੇ ਨੇ ਵਾਪਸੀ ਵਿੱਚ ਵੀ ਇੱਥੇ ਆ ਕੇ ਪੜਾ ਕਰਦੇ ਨੇ ਆਈਆਂ ਸੰਗਤਾਂ ਦਾ ਨੰਗ ਸਿੰਘ ਦਾਲਾ ਦਾ ਬਾਬਾ ਜੀ ਬਹੁਤ ਹੀ ਦਿਲੋ ਸਤਕਾਰ ਕਰਦੇ ਨੇ ਸਨਮਾਨ ਕਰਦੇ ਨੇ ਜੀ ਆਇਆਂ ਕਹਿੰਦੇ ਨੇ ਹਰ ਇੱਕ ਦੇ ਨਾਲ ਘੜਾ ਪਿਆਰ ਨਾਲ ਸਾਰਿਆਂ ਦਾ ਨੂੰ ਜੀ ਜੀਪ ਆਉ ਜੀਪ ਆਇਆ ਕਿਹਾ ਜਾਂਦਾ ਹੈ ਆਉ ਭਗਤ ਕੀਤੀ ਜਾਂਦੀ ਹੈ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਰਹਿਮਤ ਹੈ ਅਤੇ ਸੰਗਤਾਂ ਦਾ ਸਹਿਯੋਗ ਹੈ ਇਹ ਇਥੋਂ ਦਾ ਥੋੜਾ ਜਿਹਾ ਮੈਸ ਸੰਖੇਪ ਅਧਿਆਇ ਸੁਣਾਇਆ ਹੈ ਤੇ ਵੀਰਾਂ ਦੇ ਕਹਿਣ ਤੇ ਸ਼ੋਹ ਹੋਈਆਂ ਪੋਲਾਂ ਦੀ ਖੇਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਮਿਹਰਬਾਨੀ ਧੰਨਵਾਦ